ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨੀਲਾ ਪੰਜਾਬੀ ਕਿਚਨ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਕੜਾਈ ਪਨੀਰ ਜਿਹੜਾ ਕਿ ਰੈਸਟੋਰੈਂਟ ਸਟਾਈਲ ਬਿਲਕੁਲ ਬਣਾਵਾਂਗੇ ਆਪਾਂ ਆਸਾਨ ਤਰੀਕੇ ਨਾਲ ਤੁਹਾਨੂੰ ਦੱਸ ਦਿਆਂ ਵੀ ਇਹਦੇ ਵਿੱਚ ਕੀ ਕੀ ਸਮਾਨ ਚਾਹੀਦਾ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਮਸਾਲੇ ਲਵਾਂਗੇ ਇਹ ਨੇ ਜੀ ਕੜੇ ਮਸਾਲੇ ਤੇ ਇਹ ਕਾਲੀ ਮਿਰਚ ਲਈ ਹੈ ਜੀ ਮੈਂ ਇਹ ਲਈਆਂ ਨੇ ਤਿੰਨ ਮਿਰਚਾਂ ਵੱਡੀਆਂ ਰੈੱਡ ਤੇ ਕਾਲੀ ਮਿਰਚ ਛੋਟਾ ਚਮਚ ਲਿਆ ਤੇ ਆਪਾਂ ਇਹ ਲਿਆ ਇੱਕ ਚਮਚ ਜੀਰਾ ਛੋਟਾ ਚਮਚ ਜੀਰੇ ਦਾ ਤੇ ਵੱਡਾ ਚਮਚ ਧਨੀਏ ਦਾ ਇਹਨਾਂ ਚਾਰਾਂ ਨੂੰ ਆਪਾਂ ਡਰਾਈ ਰੋਸਟ ਕਰਾਂਗੇ ਡਰਾਈ ਰੋਸਟ ਕਰਨ ਤੋਂ ਬਾਅਦ ਇਹਨਾਂ ਨੂੰ ਪੀਸਾਂਗੇ ਆਪਾਂ ਦਰਦਰਾ ਪੀਸਣਾ ਜੀ ਇਹਨਾਂ ਨੂੰ ਅੱਧ ਕਹੋਨੀਆ ਤੁਹਾਨੂੰ ਮੈਂ ਕਿਸ ਤਰ੍ਹਾਂ ਦਾ ਪੀਸਣਾ ਇਹ ਮੈਂ ਪਹਿਲਾਂ ਤਿਆਰ ਕਰ ਰੱਖਿਆ ਸੀ ਮਸਾਲਾ ਇਸ ਤਰ੍ਹਾਂ ਦੀ ਆਪਾਂ ਨੂੰ ਚਾਹੀਦਾ ਆਪਾਂ ਜ਼ਿਆਦਾ ਬਰੀਕ ਨਹੀਂ ਪੀਸਣਾ ਇਸ ਨੂੰ बस ਇਸ ਤਰ੍ਹਾਂ ਦਾ ਹੋਵੇ ਆ ਦੇਖੋ ਜੀ ਆ ਮੈਂ ਪਨੀਰ ਲਿਆ ਮੈਂ ਇਸ ਨੂੰ ਇਹ ਸਾਈਜ਼ ਵਿੱਚ ਕੱਟ ਲਿਆ ਤੁਸੀਂ ਵੱਡਾ ਛੋਟਾ ਜਿਹੜਾ ਮਰਜ਼ੀ ਸਾਈਜ਼ ਕੱਟ ਸਕਦੇ ਹੋ ਇਹ ਮੈਂ 250 ਗ੍ਰਾਮ ਪਨੀਰ ਲਿਆ ਤੇ ਇਹ ਪਿਆਜ਼ ਲੈਨੇ ਪਿਆਜ਼ ਨੂੰ ਵੀ ਮੈਂ ਉਸੇ ਸਾਈਜ਼ ਵਿੱਚ ਕੱਟਿਆ ਦੇ ਦੋ ਪਿਆਜ਼ ਨੇ ਜੀ ਵੱਡੇ ਪਿਆਜ਼ ਤੇ ਇੱਕ ਸ਼ਿਮਲਾ ਮਿਰਚ ਲਈਆ ਇਸ ਨੂੰ ਵੀ ਉਸੇ ਸਾਈਜ਼ 'ਚ ਹੀ ਕੱਟਿਆ ਮੈਂ ਸ਼ਿਮਲਾ ਮਿਰਚ ਨੂੰ ਵੀ ਤੇ ਆ ਮੈਂ ਤੜਕਾ ਲਾ ਲਈ ਮਸਾਲੇ ਲਈ ਨੇ ਇਹ ਮੈਂ ਦੋ ਪਿਆਜ਼ ਕੱਟੇ ਨੇ ਬਰੀਕ ਕੱਟੇ ਨੇ ਤੇ ਇੱਕ ਇੱਕ ਹਰੀ ਮਿਰਚ ਲਈਆ ਤੇ ਤੇਜ਼ ਪੱਤਾ ਲਿਆ ਤੇ ਛੋਟਾ ਚਮਚ ਜੀਰੇ ਦਾ ਲਿਆ ਇਹ ਆਪਾਂ ਤੜਕਾ ਲਗਾਵਾਂਗੇ ਆਹ ਕੁਝ ਮਸਾਲੇ ਨੇ ਜਿਹੜੇ ਆਪਾਂ ਪਾਉਣੇ ਆ ਤੇ ਉਸ ਤਰ੍ਹਾਂ ਇਹ ਸਭ ਤੋਂ ਪਹਿਲਾਂ ਤਾਂ ਜੀ ਟਮਾਟਰ ਦੋ ਵੱਡੇ ਟਮਾਟਰਾਂ ਨੂੰ ਪੇਸਟ ਬਣਾ ਲਿਆ ਮੈਂ ਤੇ ਫਿਰ ਇਹ ਅਦਰਕ ਤੇ ਲਸਣ ਦਾ ਪੇਸਟ ਆ ਇੱਕ ਚਮਚ ਕਸੂਰੀ ਮੇਥੀ ਆ ਇਹ ਇੱਕ ਛੋਟਾ ਚਮਚ ਧਨੀਆ ਪਾਊਡਰ ਆ ਤੇ ਇੱਕ ਛੋਟਾ ਚਮਚ ਢੇਗੀ ਮਿਰਚ ਤੇ ਆਪਣੇ ਦਰਦਲੇ ਮਸਾਲੇ ਜਿਹੜੇ ਮੈਂ ਦਿਖਾਈ ਸੀ ਸੋਨੂੰ ਪੀਸੇ ਹੋਏ ਤੇ ਆ ਹੈਗਾ ਜੀਰਾ ਛੋਟਾ ਚਮਚ ਜੀਰਾ ਲਿਆ ਹੁਣ ਆਪਾਂ ਸਭ ਤੋਂ ਪਹਿਲਾਂ ਆਹ ਕਰੀਮ ਲਈਆ ਜੀ ਇਹ ਆਪਾਂ ਲਾਸਟ ਤੇ ਕਰੀਮ ਪਾਵਾਂਗੇ ਯਸਲੇ ਦੀ ਕਰੀਮ ਹੈ ਤੇ ਆਪਾਂ ਕੜਾਹੀ ਰੱਖ ਲਈਆ ਮੇਰੇ ਵਿੱਚ ਨਾ ਇਹੀ ਇੱਕ ਕੜਛੀ ਔਇਲ ਦੀ ਪਾਈਆ ਤੇ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਤੇਜ ਪੱਤਾ ਤੇ ਜੀਰਾ ਪਾਵਾਂਗੇ ਤੇਜ ਪੱਤਾ ਆਪਾਂ ਪਾਤਾ ਤੇ ਹੁਣ ਆਪਾਂ ਨਾਲ ਇਹਦੀ ਜੀਰਾ ਪਾ ਦੇਣਾ ਜੇ ਥੋੜਾ ਜਿਹਾ ਭੁੰਨਿਆ ਗਿਆ ਤੇ ਤਾਂ ਆਪਾਂ ਫਿਰ ਇਹਦੇ ਵਿੱਚ ਪਿਆਜ਼ ਤੇ ਹਰੀ ਮਿਰਚ ਪਾਵਾਂਗੇ ਆ ਅਦਰਕ ਅਦਰਕ ਤੇ ਲਸਣ ਦਾ ਪੇਸਟ ਪਾਵਾਂਗੇ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਵੀ ਕੱਚਾ ਪਾੜਨਾ ਰਹੇ ਲਸਣ ਦਾ ਤੇ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਤੇ ਪਿਆਜ਼ ਪਾਵਾਂਗੇ ਨਾਲ ਹੀ ਆਪਾਂ ਪਿਆਜ਼ ਪਾ ਦਿੱਤੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ मिक्स ਕਰਕੇ ਪਰ ਆਪਾਂ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਇਹ ਪਿਆਜ਼ਾਂ ਨੂੰ ਬਹੁਤ ਜ਼ਿਆਦਾ ਨਹੀਂ ਬ੍ਰਾਊਨ ਕਰਾਂਗੇ ਪਰ ਬੱਟ ਪੁੰਨਾਗੇ ਜ਼ਰੂਰ ਇਹਨਾਂ ਨੂੰ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਅਸੀਂ ਪਹਿਲਾਂ ਵੀ ਕਈ ਵਾਰ ਬਣਾਇਆ ਇਹ ਬਹੁਤ ਸਵਾਦ ਬੰਦਾ ਬਿਲਕੁਲ ਹੀ ਰੈਸਟੋਰੈਂਟ ਜਿਹੜਾ ਟੇਸਟ ਆਪਾਂ ਨੂੰ ਰੈਸਟੋਰੈਂਟ ਚ ਮਿਲਦਾ ਉਹ ਉਹੋ ਜਿਹਾ ਹੀ ਬੰਦਾ ਇਹ ਵੀ ਇਹ ਆਪਾਂ ਜੀਰਾ ਪਾਊਡਰ ਪਾ ਦਿੱਤਾ ਜੀ ਤੇ ਨਾਲ ਹੀ ਪਾ ਦਾਂਗੇ ਹੁਣ ਧਨੀਆ ਪਾਊਡਰ ਤੇ ਦੇਗੀ ਮਿਰਚ ਵੀ ਪਾ ਦਿੱਤੀ ਆ ਤੇ ਨਾਲ ਹੁਣ ਆਪਾਂ ਇਹ ਇਹ ਤੁਸੀਂ ਬਸ ਦੇਖ ਕੇ ਆਪਣੇ ਹਿਸਾਬ ਨਾਲ ਪਾ ਦੇਣੀ ਆ ਛੋਟਾ ਇੱਕ ਚਮਚੀ ਮੈਂ ਪਾਇਆ ਮਸਾਲਿਆਂ ਦਾ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਲਦੀ ਇੱਕ ਚਮਚ ਮੇਂ ਹਲਦੀ ਪਾਤਾ ਇਹ ਹਲਦੀ ਮਿਕਸ ਕਰਨ ਤੋਂ ਬਾਅਦ ਆਪਾਂ ਨਮਕ ਪਾਵਾਂਗੇ ਇੱਕ ਚਮਚ ਵੀ ਨਮਕ ਦਾ ਪਾਏ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਨਮਕ ਤੇ ਹੁਣ ਆਪਾਂ ਟਮਾਟਰਾਂ ਦਾ ਪੇਸਟ ਪਾ ਦਤਾ ਤੇ ਇਹਨੂੰ ਨਾ ਹੁਣ ਆਪਾਂ 1 ਮਿੰਟ ਲਈ ਇਸੇ ਤਰ੍ਹਾਂ ਹੀ ਆਪਾਂ ਸੇਕ ਲਵਾ ਕੇ ਫਿਰ ਆਪਾਂ ਪਾਣੀ ਪਾ ਕੇ 5 ਮਿੰਟ ਲਈ ਇਹਨੂੰ ਆਪਾਂ ਪਕਾਵਾਂਗੇ ਮਸਾਲਿਆਂ ਨੂੰ ਵੀ ਟਮਾਟਰ ਦਾ ਕੱਚਾ ਪਣ ਸਾਰਾ ਜਿਹੜਾ ਖਤਮ ਹੋ ਜੇ ਵੀ ਆਪਣੇ ਮਸਾਲੇ 'ਚ ਟਮਾਟਰ ਦਾ ਕੱਚਾ ਪਣ ਨਾ ਰਹੇ ਉਹਦੇ ਲਈ ਆਪਾਂ 5 ਮਿੰਟ ਲਈ ਪਕਾਵਾਂਗੇ ਤੇ ਇਹਦੇ ਵਿੱਚ ਪਾਣੀ ਜੀ ਅੱਧਾ ਗਲਾਸ ਟੋਟਲ ਮੈਂ ਸਾਰਾ ਪਾਣੀ ਅੱਧਾ ਗਲਾਸ ਪਾਇਆ ਹੈ ਇੱਥੇ ਥੋੜਾ ਜਿਮੈਂ ਹੋਰ ਵੀ ਪਾਉਂਗੀ ਛੋਟਾ ਅੱਧਾ ਗਲਾਸ ਪਾਣੀ ਦਾ ਹੁਣ ਆਪਾਂ ਪਕਾਵਾਂਗੇ ਤੇ ਦੂਸਰੇ ਸਾਈਡ ਤੇ ਆਪਾਂ ਇੱਕ ਪੈਨ ਲੈ ਕੇ ਉਹਦੇ ਵਿੱਚ ਨਾ ਪਨੀਰ ਪਿਆ ਪਿਆਜ਼ ਤੇ ਆਪਾਂ ਸ਼ਿਮਲਾ ਮਿਰਚ ਨੂੰ ਹਲਕਾ ਰੋਸਟ ਕਰਾਂਗੇ। ਇਹਦੇ ਵਿੱਚ ਮੈਂ ਇੱਕ ਚਮਚ ਤੇਲ ਦਾ ਪਾਇਆ ਜੀ। ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਸ਼ਿਮਲਾ ਮਿਰਚ ਪਾਵਾਂਗੇ। ਤੇ ਪਿਆਜ਼ ਵੀ ਆਪਾਂ ਨਾਲ ਹੀ ਪਾਵਾਂਗੇ। ਇਹਨਾਂ ਨੂੰ ਹਲਕਾ ਰੋਸਟ ਕਰਾਂਗੇ। ਮਸਾਲਾ ਰੋਸਟ ਇਹਨਾਂ ਨੂੰ ਘੱਟ ਗਿਆ ਸੀ ਆਪਾਂ ਹਲਕਾ ਰੋਸਟ ਕਰਕੇ ਫਿਰ ਆਪਾਂ ਇਹ ਚ ਪਨੀਰ ਪਾਵਾਂਗੇ ਤੇ ਫਿਰ ਇਹ ਚ ਪਨੀਰ ਵੀ ਨਾਲ ਹੀ ਰੋਸਟ ਕਰਾਂਗੇ ਇਹ ਦੇਖੋ ਜੀ ਹੋ ਗਿਆ ਸੌਫਟ ਹੋ ਗਏ ਨੇ ਆਪਣੇ ਸ਼ਿਮਲਾ ਮਿਰਚ ਤੇ ਪਿਆਜ਼ ਤੇ ਹੁਣ ਆਪਾਂ ਪਨੀਰ ਪਾਵਾਂਗੇ ਤੇ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਾਂਗੇ ਬਸ ਜਿੰਨੇ ਟਾਈਮ ਚ ਨਾ ਆਪਣਾ ਉਧਰ ਮਸਾਲਾ ਬਣਦਾ ਉਨੇ ਟਾਈਮ ਚ ਇਹ ਆਪਣਾ ਇਹ ਪਨੀਰ ਸ਼ਿਮਲਾ ਮਿਰਚ ਪਿਆਜ਼ ਇਹ ਹਲਕਾ ਰੋਸਟ ਹੋ ਜਾਂਦੇ ਨੇ ਦੇ ਇਹਦੇ ਵਿੱਚ ਆਪਾਂ ਥੋੜੀ ਜਿਹੀ ਮਸਾਲੇ ਵੀ ਪਾਵਾਂਗੇ ਜਿਵੇਂ ਥੋੜਾ ਜਾਂ ਨਮਕ ਚੁਟਕੀਕ ਥੋੜੀ ਜੀ ਲਾਲ ਮਿਰਚ ਤੇ ਜਿਹੜਾ ਆਪਾਂ ਦਰਦਰਾ ਮਸਾਲਾ ਪੀਸਿਆ ਸੀ ਥੋੜਾ ਜਿਹਾ ਆਪਾਂ ਉਹ ਪਾਵਾਂਗੇ ਇਹ ਤਿੰਨੇ ਮਿਕਸ ਨੇ ਜੀ ਇਹਨਾਂ ਨੂੰ ਆਪਾਂ ਪਾ ਦੇਣਾ ਤਾਂ ਜੋ ਇਹਨਾਂ ਤੇ ਚੰਗੀ ਤਰ੍ਹਾਂ ਇਹਨਾਂ ਚ ਇਹਨਾਂ ਦਾ ਫਲੇਵਰ ਪਨੀਰ ਦੇ ਵਿੱਚ ਨਾ ਇਹ ਮਸਾਲਿਆਂ ਦਾ ਫਲੇਵਰ ਆ ਜਾਵੇ ਇਸ ਲਈ ਆਪਾਂ ਇਹਦੇ ਵਿੱਚ ਇਹ ਮਸਾਲੇ ਪਾਵਾਂਗੇ ਇਨਨੂੰ ਚੰਗੀ ਤਰ੍ਹਾਂ ਕੋਟ ਕਰ ਦੇਣਾ ਹੈ ਮਸਾਲਿਆਂ ਨਾਲ ਚਲੋ ਆਪਣੀ ਤਿਆਰ ਨਹੀਂ ਪਨੀਰ ਪਿਆਜ਼ ਸ਼ਿਮਲਾ ਮਿਰਚ ਵਾਲਾ ਸਬਜੀ ਆਪਣੀ ਤਿਆਰ ਹੈ ਤੇ ਇੱਧਰ ਆਪਣਾ ਮਸਾਲਾ ਵੀ ਬਣ ਗਿਆ ਜੀ ਹੁਣ ਆਪਾਂ ਇਹ ਚ ਕਸੂਰੀ ਮੇਥੀ ਪਾਵਾਂਗੇ ਕਸੂਰੀ ਮੇਥੀ ਨੂੰ ਥੋੜਾ ਜਿਹਾ ਕੋਕ ਹੁਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਨੀਰ ਵਾਲਾ ਆਪਾਂ ਪਨੀਰ ੜਾ ਦੇਣਾ ਪਨੀਰ ਆਪਾਂ ੜਾ ਦਿੱਤਾ ਇਹਨੂੰ ਬਹੁਤ ਟਾਈਮ ਨਹੀਂ ਲੱਗਦਾ ਸਬਜੀ ਬਣਾਉਣ ਨੂੰ ਬਿਲਕੁਲ ਬਹੁਤ ਵਧੀਆ ਸਬਜੀ ਬਣਦੀ ਹੈ ਜਿਵੇਂ ਆਪਾਂ ਬਾਹਰ ਜਾ ਕੇ ਹੋਟਲ ਚ ਜਾਂ ਰੈਸਟੋਰੈਂਟ ਚ ਖਾਣੇ ਉਹ ਮੇਰੀ ਸਬਜੀ ਬਣਦੀ ਆ ਪਰ ਟਾਈਮ ਇਹਨੂੰ ਬਹੁਤ ਥੋੜਾ ਲੱਗਦਾ ਤੇ ਆ ਦੇਖੋ ਜੀ ਆਪਣੀ ਸਬਜੀ ਤਿਆਰ ਆ ਤੇ ਆਪਾਂ ਹੁਣ ਲਾਸਟ ਤੇ ਇਹਦੇ ਵਿੱਚ ਕਰੀਮ ਪਾਵਾਂਗੇ ਇਹਨੂੰ ਆਪਾਂ ਪਨੀਰ ਪਾਉਣ ਤੋਂ ਬਾਅਦ ਮੈਂ 5 ਮਿੰਟ ਕੁੱਕ ਕੀਤਾ ਬਸ ਤੇ ਹੁਣ ਆਪਾਂ ਪਨੀਰ ਪਾ ਕੇ 1 ਮਿੰਟ ਲਈ ਹੋਰ ਕਰਾਂਗੇ ਤੇ ਫਿਰ ਆਪਾਂ ਇਹਨੂੰ ਬੌਲਚ ਕੱਢ ਲਾਂਗੇ ਸਬਜੀ ਨੂੰ ਬਹੁਤ ਵਧੀਆ ਬਣ ਗਈ ਸਬਜੀ ਆ ਦੇਖੋ ਹੁਣ ਆਪਾਂ ਇਹਨੂੰ ਬੌਲਚ ਕੱਢ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਕਿਸ ਤਰ੍ਹਾਂ ਦੀ ਸਬਜੀ ਬਣੀ ਹੈ ਕੜਾਹੀਪਨੀ ਕਿਸ ਤਰ੍ਹਾਂ ਦਾ ਬਣਿਆ ਆ ਲੋ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਵੀ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ ਜੀ